केरला विच नैशनल राइफल एसोसिएशन ऑफ इंडिया वालों करवाए गए नैशनल मुकाबलियां विच जिले गुरदासपुर के पिंड तुगलवाल की रहने वाली एक धी अनहद कौर ने नैशनल शूटिंग मुकाबलियां विच शानदार प्रदर्शन कर अपनी वक्री पहचान बनाई और इस दे नाल ही बेटी माझे विचों सब तो घट उम्र की नैशनल शूटर भी बनी है। स्कूल प्रबंधक गगनदीप सिंह ने दसिया कि विद्यार्थन अनहद कौर ने सिर्फ 4 महीने के समय विच ही यह मुकाम हासिल किया है। दूजे पासे अनहद कौर ने दसिया कि स्कूल विखे बनाई महाराजा दलीप सिंह इनडोर 10 मीटर शूटिंग रेंज करके ही उसका रुझान वध्या ते उसने प्रैक्टिस करनी शुरू की और नैशनल शूटिंग मुकाबलों में शानदार प्रदर्शन कर अपनी वक्री पहचान बनाई। अनहद कौर है, मैं मतलब 9th क्लास में पढ़ती हूँ। मेरे स्कूल का नाम है बाबा आया सिंह जाटकी पब्लिक स्कूल। तो जो स्कूल ने रेंज बना के दी तो रेंज वेखी तो ही वाल दिलचस्पी वधी। किन्ना समा हो गया प्रैक्टिस करदे नूं? किन्ने महीने पहला प्रैक्टिस की थी? ਹੁਣ ਤੱਕ ਕਿੰਨੀ ਪ੍ਰੈਕਟਿਸ ਹੋ ਗਈ ਹੈ? ਪੂਰੇ ਕਿੰਨੇ ਮਹੀਨੇ ਪ੍ਰੈਕਟਿਸ ਕੀਤੀ ਹੈ? 4 ਮਹੀਨੇ ਹਜੇ ਤੱਕ ਪ੍ਰੈਕਟਿਸ ਕੀਤੀ ਹੈ ਡਿਸਟ੍ਰਿਕਟ ਤੋਂ ਨੈਸ਼ਨਲ ਦੇ ਸਫ਼ਰ ਤੱਕ। ਰੋਜ਼ਾਨਾ ਕਿੰਨੀ ਪ੍ਰੈਕਟਿਸ ਕਰਦੇ? 2 ਘੰਟੇ ਰੋਜ਼ਾਨਾ ਪ੍ਰੈਕਟਿਸ ਕਰਦੇ ਹਾਂ। ਕਿਹੜੀ ਕਿਹੜੀ ਜਗ੍ਹਾ ਖੇਡ ਕੇ ਆਏ ਹੁਣ ਤੱਕ? ਹੁਣ ਪਹਿਲਾਂ ਆਪਾਂ ਡਿਸਟ੍ਰਿਕਟ ਖੇਡਿਆ ਸੀ, ਬਾਅਦ ਚੋਂ ਆਪਾਂ ਸਟੇਟ ਖੇਡਿਆ 2, ਇੱਕ ਰੋਪੜ ਅਤੇ ਇੱਕ ਮੋਹਾਲੀ। ਬਾਅਦ ਚੋਂ ਪ੍ਰੀ ਨੈਸ਼ਨਲ ਦਿੱਲੀ ਹੋਇਆ ਅਤੇ ਜਿਹੜਾ ਹੁਣ ਨੈਸ਼ਨਲ ਆ ਕੇਰਲਾ ਹੋਇਆ। ਕੇਰਲਾ ਵਿੱਚ ਕਿੰਨੀਆਂ ਟੀਮਾਂ ਆਈਆਂ ਸੀ, ਕਿੰਨੇ ਕਿੰਨੇ ਬੱਚੇ ਆਏ ਸੀ? ਟੀਮਸ ਨਹੀਂ, ਬੱਚੇ ਆਏ ਸੀ ਉੱਥੇ ਅਤੇ ਜਿੱਦਾਂ ਸਾਡੇ ਨਾਲ ਜਿਹੜੇ ਬੱਚੇ ਖੇਡੇ 60 ਬੱਚੇ ਨੇ ਇੱਕ ਵਾਰ 'ਚ ਖੇਡਣਾ। ਅਤੇ ਬੜੇ ਬੱਚੇ ਆਏ, ਮਤਲਬ ਰਾਜਸਥਾਨ, ਹਰਿਆਣਾ, ਪੰਜਾਬ, ਮੱਧਿਆ ਪ੍ਰਦੇਸ਼, ਉੱਤਰ ਪ੍ਰਦੇਸ਼ ਦੇ ਬੱਚੇ ਕਾਫੀ ਆਏ ਸੀ। ਆਪਣੇ ਪੰਜਾਬ ਦੇ ਵੀ ਬੜੇ ਬੱਚਿਆਂ ਨੇ ਪਾਰਟੀਸਪੇਸ਼ਨ ਕੀਤੀ। ਪੰਜਾਬ 'ਚੋਂ ਕਿੰਨੇ ਬੱਚੇ ਗਏ ਸੀ? ਪੰਜਾਬ ਵਿੱਚੋਂ ਮਤਲਬ ਸਾਡੇ ਨਾਲ ਤਾਂ 3 ਬੱਚੇ ਖੇਡੇ ਸੀ ਅਤੇ ਜਿਹੜੇ ਸਾਡੇ ਮਤਲਬ ਸਾਡੀ ਜਿਹੜੀ ਜਦੋਂ ਆਪਾਂ ਖੇਡਦੇ ਤਾਂ ਉਹਦੇ ਵਿੱਚੋਂ ਜਿਹੜੀ ਹਾਈਐਸਟ ਰੈਂਕਿੰਗ ਕੀਤੀ ਸੀ ਉਹ ਵੀ ਪੰਜਾਬ ਦੀ ਕੁੜੀ ਨੇ ਕੀਤੀ ਸੀ। ਤੁਹਾਡਾ ਕਿੰਨਾ ਰੈਂਕ ਆਇਆ ਸੀ? ਮੇਰਾ 13th ਰੈਂਕ ਆਇਆ। ਸਰ 2 ਘੰਟੇ ਤਾਂ ਮਤਲਬ ਪ੍ਰੈਕਟਿਸ ਕਰਨੀ ਪੈਂਦੀ ਆ, ਬਾਅਦ 'ਚੋਂ ਮੈਡੀਟੇਸ਼ਨ ਕਰਨੀ ਪੈਂਦੀ ਆ, ਆਪਣੇ ਆਪ ਨੂੰ ਕਾਮ ਰੱਖਣ ਲਈ ਮੈਚ ਵਿੱਚ ਮੈਡੀਟੇਸ਼ਨ ਜ਼ਰੂਰੀ ਆ। ਮੈਂ ਗਗਨਦੀਪ ਸਿੰਘ, ਬਾਬਾ ਆਇਆ ਸਿੰਘ ਰਿਆੜਕੀ ਪਬਲਿਕ ਸਕੂਲ ਕਾਲਜ ਤੁਗਲਵਾਲ ਤੋਂ ਜੀ। ਇੱਥੇ ਬੱਚਿਆਂ ਦੇ ਲਈ ਇੱਕ ਸ਼ੂਟਿੰਗ ਰੇਂਜ 10 ਮੀਟਰ ਇਨਡੋਰ ਉਹ ਬਣਾਈ ਸੀ ਜੀ। ਅੱਜ ਤੋਂ 5 ਮਹੀਨੇ ਪਹਿਲਾਂ ਇਹ ਰੇਂਜ ਤਿਆਰ ਕੀਤੀ ਸੀ ਅਤੇ 5 ਮਹੀਨੇ 1 ਮਹੀਨੇ ਦੇ ਵਿੱਚ ਵਿੱਚ ਹੀ ਬੱਚਿਆਂ ਨੇ ਜਦੋਂ ਰੇਂਜ 'ਚੋਂ ਇੰਨੇ ਇੰਸਪਾਇਰ ਹੋਏ, ਉਹਨਾਂ ਬੱਚਿਆਂ ਨੇ ਬੜੇ ਹੱਸ ਕੇ ਇਹ ਗੇਮ ਨੂੰ ਚੁਣਿਆ ਅਤੇ ਬਹੁਤ ਸੋਹਣੀਆਂ ਉਪਲਬਧੀਆਂ ਹਾਸਲ ਕਰ ਰਹੇ ਨੇ। ਬੱਚੇ ਨੈਸ਼ਨਲ ਤੱਕ ਪਹੁੰਚ ਰਹੇ ਨੇ। ਹੁਣ ਇੱਕ ਬੱਚੇ ਦੀ ਕਾਮਯਾਬੀ ਤੋਂ ਬਾਅਦ ਇੱਕ ਕਾਫਲਾ ਬਣ ਜਾ ਰਿਹਾ ਜੀ ਜਲਦ ਹੀ। ਇਹ ਬੇਟੀ ਕਦੋਂ ਗਈ ਸੀ ਅਤੇ ਕਿੰਨਵਾਂ ਰੈਂਕ ਹਾਸਲ ਕੀਤਾ ਸੀ? ਇਹ ਬੇਟੀ ਨੇ ਜਸਟ 10 ਦਿਨ ਪਹਿਲਾਂ ਇਹ ਬੇਟੀ ਕੇਰਲਾ 'ਚ ਕੰਪੀਟੀਸ਼ਨ ਸੀ ਉੱਥੇ ਗਏ ਸੀ। ਉੱਥੇ ਇੱਕ ਲੇਨ ਦੇ ਇੱਕ ਲੇਹ ਦੇ ਵਿੱਚ ਲਗਭਗ 60-70 ਬੱਚੇ ਖੇਡਦੇ ਨੇ ਜੀ। ਅਤੇ ਬੇਟੀਆਂ, ਇਹ ਬੇਟੀਆਂ ਦੇ ਕੱਲਾ ਮੁਕਾਬਲਾ ਸੀ, ਬੋਆਇਜ਼ ਦਾ ਮੁਕਾਬਲਾ ਪਹਿਲਾਂ ਹੋ ਚੁੱਕਾ ਸੀ ਅਤੇ ਬਹੁਤ ਸ਼ਾਨਦਾਰ ਬੇਟੀ ਨੇ ਪ੍ਰਦਰਸ਼ਨ ਕੀਤਾ ਉੱਥੇ ਕੇਰਲਾ ਦੇ ਵਿੱਚ ਹੀ ਹੈ ਅਤੇ ਉਹਨੇ ਆਪਣੀ ਨੈਸ਼ਨਲ ਲੈਵਲ ਦੀ ਆਪਣਾ ਰੈਂਕਿੰਗ ਜਿਹੜੀ ਬਰਕਰਾਰ ਰੱਖੀ ਹੈ ਜੀ। ਹੁਣ ਇਸ ਬੇਟੀ ਨੂੰ ਗਾਹ ਕਰਨ ਵਾਸਤੇ ਕਿਹੜੀ ਦੀ ਤਿਆਰੀ ਕਰ ਰਹੇ ਹੋ, ਕਿਸ ਲੈਵਲ ਤਿਆਰੀ ਕਰ ਰਹੇ ਹੋ? ਇਸ ਤੋਂ ਅੱਗੇ ਹੁਣ ਜੀ ਜਿੱਦਾਂ ਹੁਣ 22-23 ਦਾ ਸੈਸ਼ਨ ਜਿਹੜਾ ਉਹ ਖਤਮ ਹੋ ਚੁੱਕਾ, ਨਵਾਂ ਸੈਸ਼ਨ ਸ਼ੁਰੂ ਹੋਣਾ ਜੀ। ਅਤੇ ਫਰਵਰੀ 'ਚੋਂ ਜਾ ਕੇ ਨਵਾਂ ਕੈਲੰਡਰ ਜਿਹੜਾ ਨੈਸ਼ਨਲ ਜਿਹੜੇ ਰਾਈਫਲ ਐਸੋਸੀਏਸ਼ਨ ਜਾਰੀ ਕਰਦਾ ਜੀ, ਉਸ ਤੋਂ ਅਕੋਰਡਿੰਗਲੀ ਫਿਰ ਨਵੇਂ ਮੈਚ ਸ਼ੁਰੂ ਹੋਣੇ ਜੀ। ਹੁਣ ਨੈਕਸਟ ਮੈਚ ਇਹਦਾ ਮਿਆਉ 'ਚ ਹੋਣ ਜਾ ਰਿਹਾ ਜੀ, ਇੰਦੌਰ ਦੇ ਵਿੱਚ ਮੈਚ ਹੋਣ ਜਾ ਰਿਹਾ, ਉਹ 'ਚ ਬੇਟੀ ਇਹ ਪਾਰਟੀਸਪੇਟ ਕਰੀ ਗਈ ਜਨਵਰੀ ਦੇ ਵਿੱਚ ਜੀ। ਕਿੰਨਾ ਚਿਰ ਸਮਾਂ ਪ੍ਰੈਕਟਿਸ ਕਰ ਰਹੇ ਨੇ ਜਾਂ ਕਿੰਨੇ ਬੱਚੇ ਪ੍ਰੈਕਟਿਸ ਕਰ ਰਹੇ ਨੇ? ਇਹ ਲਗਭਗ ਇੱਕ ਬੱਚੇ ਨੂੰ ਜੀ ਜਦੋਂ ਸਟਾਰਟਿੰਗ ਲੈਵਲ 'ਤੇ ਉੱਪਰ ਹੁੰਦਾ ਉਦੋਂ ਜਿਹੜੇ ਪੈਲੇਟਸ ਆਏ ਨੇ ਘੱਟ ਫਾਇਰ ਕਰਨੀਆਂ ਹੁੰਦੀਆਂ, 20 ਪੈਲੇਟਸ ਤੋਂ ਸ਼ੁਰੂ ਹੁੰਦਾ ਜੀ। ਨੈਸ਼ਨਲ ਲੈਵਲ 'ਤੇ ਜਾ ਕੇ ਬੱਚੀ ਨੇ 60 ਪੈਲੇਟਸ ਨੂੰ ਫਾਇਰ ਕਰਨਾ ਹੁੰਦਾ ਜੀ। 60 ਪੈਲੇਟਸ ਨੂੰ ਲਗਭਗ ਇਹਨਾਂ ਨੂੰ 1-1.5 ਘੰਟਾ ਦੇ ਕਰੀਬ ਸਮਾਂ ਉਹ ਮਿਲਦਾ ਜੀ। ਉਹ ਅਤੇ ਇੱਦਾਂ ਸਟੈਪ ਬਾਏ ਸਟੈਪ ਹੈ, ਪਹਿਲਾਂ ਸਮਾਂ ਘੱਟ ਹੈ, ਪੈਲੇਟਸ ਵੀ ਘੱਟ ਨੇ, ਫਿਰ ਸਮਾਂ ਵੱਧ ਜਾਂਦਾ, ਪੈਲੇਟਸ ਵੀ ਵੱਧ ਜਾਂਦੀਆਂ ਜੀ। ਉਹਦੇ ਨਾਲ ਬੱਚੇ ਨੂੰ ਜਿਹੜਾ ਫਿਜ਼ੀਕਲੀ ਅਤੇ ਮੈਂਟਲੀ ਵਕਤ ਉੱਪਰ ਕਰਨਾ ਪੈਂਦਾ ਜੀ। ਗੁਰਦਾਸਪੁਰ ਤੋਂ ਲਵਪ੍ਰੀਤ ਖੁਸ਼ੀਪੁਰ ਦੀ ਰਿਪੋਰਟ। We are a multicultural network community. We groom competent global citizens to effect positive change around them.